ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਹਨੇ ਨਹੀਂ ਪਾਈਆਂ ਉਹਨਾਂ ਦੇ ਵੀ, ਜਿਹਨੇ ਪਾਈਆਂ ਉਹਨਾਂ ਦੇ ਵੀ, ਕਿਉਂਕਿ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ। ਵੋਟਰ ਕਦੀ ਮਾੜਾ ਨਹੀਂ ਹੁੰਦਾ, ਉਹਨੂੰ ਲਾਲਚ ਦਿੱਤਾ ਜਾਂਦਾ, ਪਹਿ ਭੜਕਾਇਆ ਜਾਂਦਾ, ਪਹਿਕਾਇਆ ਜਾਂਦਾ, ਫਿਰ ਉਹ ਵੋਟ ਗਲਤ ਜਗ੍ਹਾ ਪਾਉਂਦਾ। ਅਗਲੀ ਵਾਰ ਨੈਕਸਟ ਟਾਈਮ ਫਿਰ ਭਾਅ ਜੀ ਨੇ ਖੜੇ ਹੋਣਾ, ਤੁਸੀਂ ਸਾਰੇ ਸਪੋਰਟ ਕਰਿਓ। ਤਦ ਤੱਕ ਸਾਨੂੰ ਫਿਲਮਾਂ ਦੀ ਲਾਈਨ ਦੇ ਵਿੱਚ ਦੇਖਿਓ ਭਾਅ ਜੀ, ਦੱਸੋ ਤੁਸੀਂ। ਅੱਜ ਨੀਟੂ ਸ਼ਟਰ ਵਾਲਾ ਮੇਰਾ ਵੀਰ ਇੱਕ ਰੱਬ ਰੂਪੀ ਬੰਦਾ ਵਾ, ਅਤੇ ਇੱਕ ਮੈਨੂੰ ਹੌਸਲਾ ਦੇਣ ਆਇਆ ਵਾ, ਅਤੇ ਦੂਜੀ ਗੱਲ ਕਹਿੰਦਾ ਵੀ ਫਿਲਮਾਂ 'ਚ ਆ ਜਾ, ਅਤੇ ਗੱਲ ਇਹਦੀ ਵਧੀਆ ਲੱਗੀ ਆ। ਅਤੇ ਮੈਂ ਸਾਰੇ ਪ੍ਰੋਡਿਊਸਰ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਹੁਣ ਸਾਨੂੰ ਦੋਨਾਂ ਨੂੰ ਇੱਕੇ ਪਲੇਟਫਾਰਮ 'ਤੇ ਸਾਨੂੰ ਖੜ੍ਹਾ ਕਰ ਦਿਓ, ਅਤੇ ਸਾਨੂੰ ਫਿਲਮਾਂ 'ਚ ਕੰਮ ਦਿਓ। ਬਿਲਕੁਲ ਦਿਓ। ਕੰਗਣਾ ਦੇ ਚਪੇੜ ਪਈ, ਪੂਰਾ ਮੁਲਕ ਇਕੱਠਾ ਹੋਇਆ ਫਿਰਦਾ ਵਾ ਉਹ ਕੁੜੀ ਦੇ ਨਾਲ। ਅਸੀਂ ਵੀ 13-14 ਸਾਲਾਂ ਦੀ ਜ਼ਿੰਦਗੀ ਦੇ ਲੋਕ ਮੁੱਦਿਆਂ 'ਤੇ ਵਾਸਤੇ ਚੱਕਦੇ ਆ, ਹੁਣ ਫਿਲਮ ਵਾਲਿਆਂ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਸਾਡੀ ਗਲਤੀ ਗੁਲਤੀਆਂ ਮਾਫ਼ ਕਰਕੇ ਸਾਨੂੰ ਫਿਲਮਾਂ ਦੇ ਵਿੱਚ ਲਿਆ ਜਾਣ। ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਹਨੇ ਨਹੀਂ ਪਾਈਆਂ ਉਹਨਾਂ ਦੇ ਵੀ, ਜਿਹਨੇ ਪਾਈਆਂ ਉਹਨਾਂ ਦੇ ਵੀ, ਕਿਉਂਕਿ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ। ਵੋਟਰ ਕਦੀ ਮਾੜਾ ਨਹੀਂ ਹੁੰਦਾ, ਉਹਨੂੰ ਲਾਲਚ ਦਿੱਤਾ ਜਾਂਦਾ, ਪਹਿ ਭੜਕਾਇਆ ਜਾਂਦਾ, ਪਹਿਕਾਇਆ ਜਾਂਦਾ, ਫਿਰ ਉਹ ਵੋਟ ਗਲਤ ਜਗ੍ਹਾ ਪਾਉਂਦਾ। ਅਗਲੀ ਵਾਰ ਨੈਕਸਟ ਟਾਈਮ ਫਿਰ ਭਾਅ ਜੀ ਨੇ ਖੜ੍ਹੇ ਹੋਣਾ, ਤੁਸੀਂ ਸਾਰੇ ਸਪੋਰਟ ਕਰਿਓ। ਤਦ ਤੱਕ ਸਾਨੂੰ ਫਿਲਮਾਂ ਦੀ ਲਾਈਨ ਦੇ ਵਿੱਚ ਦੇਖਿਓ ਭਾਅ ਜੀ, ਦੱਸੋ ਤੁਸੀਂ। ਅੱਜ ਨੀਟੂ ਸ਼ਟਰ ਵਾਲਾ ਮੇਰਾ ਵੀਰ ਇੱਕ ਰੱਬ ਰੂਪੀ ਬੰਦਾ ਵਾ, ਅਤੇ ਇੱਕ ਮੈਨੂੰ ਹੌਸਲਾ ਦੇਣ ਆਇਆ ਵਾ, ਅਤੇ ਦੂਜੀ ਗੱਲ ਕਹਿੰਦਾ ਵੀ ਫਿਲਮਾਂ 'ਚ ਆ ਜਾ, ਅਤੇ ਗੱਲ ਇਹਦੀ ਵਧੀਆ ਲੱਗੀ ਆ। ਅਤੇ ਮੈਂ ਸਾਰੇ ਪ੍ਰੋਡਿਊਸਰ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਹੁਣ ਸਾਨੂੰ ਦੋਨਾਂ ਨੂੰ ਇੱਕੇ ਪਲੇਟਫਾਰਮ 'ਤੇ ਸਾਨੂੰ ਖੜ੍ਹਾ ਕਰ ਦਿਓ, ਅਤੇ ਸਾਨੂੰ ਫਿਲਮਾਂ 'ਚ ਕੰਮ ਦਿਓ। ਬਿਲਕੁਲ ਦਿਓ। ਕੰਗਣਾ ਦੇ ਚਪੇੜ ਪਈ, ਪੂਰਾ ਮੁਲਕ ਇਕੱਠਾ ਹੋਇਆ ਫਿਰਦਾ ਵਾ ਉਹ ਕੁੜੀ ਦੇ ਨਾਲ। ਅਸੀਂ ਵੀ 13-14 ਸਾਲਾਂ ਦੀ ਜ਼ਿੰਦਗੀ ਦੇ ਲੋਕ ਮੁੱਦਿਆਂ 'ਤੇ ਵਾਸਤੇ ਚੱਕਦੇ ਆ, ਹੁਣ ਫਿਲਮ ਵਾਲਿਆਂ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਸਾਡੀ ਗਲਤੀ ਗੁਲਤੀਆਂ ਮਾਫ਼ ਕਰਕੇ ਸਾਨੂੰ ਫਿਲਮਾਂ ਦੇ ਵਿੱਚ ਲਿਆ ਜਾਣ। ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਹਨੇ ਨਹੀਂ ਪਾਈਆਂ ਉਹਨਾਂ ਦੇ ਵੀ, ਜਿਹਨੇ ਪਾਈਆਂ ਉਹਨਾਂ ਦੇ ਵੀ, ਕਿਉਂਕਿ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ। ਵੋਟਰ ਕਦੀ ਮਾੜਾ ਨਹੀਂ ਹੁੰਦਾ, ਉਹਨੂੰ ਲਾਲਚ ਦਿੱਤਾ ਜਾਂਦਾ, ਪਹਿ ਭੜਕਾਇਆ ਜਾਂਦਾ, ਪਹਿਕਾਇਆ ਜਾਂਦਾ, ਫਿਰ ਉਹ ਵੋਟ ਗਲਤ ਜਗ੍ਹਾ ਪਾਉਂਦਾ। ਅਗਲੀ ਵਾਰ ਨੈਕਸਟ ਟਾਈਮ ਫਿਰ ਭਾਅ ਜੀ ਨੇ ਖੜ੍ਹੇ ਹੋਣਾ, ਤੁਸੀਂ ਸਾਰੇ ਸਪੋਰਟ ਕਰਿਓ। ਤਦ ਤੱਕ ਸਾਨੂੰ ਫਿਲਮਾਂ ਦੀ ਲਾਈਨ ਦੇ ਵਿੱਚ ਦੇਖਿਓ ਭਾਅ ਜੀ, ਦੱਸੋ ਤੁਸੀਂ। ਅੱਜ ਨੀਟੂ ਸ਼ਟਰ ਵਾਲਾ ਮੇਰਾ ਵੀਰ ਇੱਕ ਰੱਬ ਰੂਪੀ ਬੰਦਾ ਵਾ, ਅਤੇ ਇੱਕ ਮੈਨੂੰ ਹੌਸਲਾ ਦੇਣ ਆਇਆ ਵਾ, ਅਤੇ ਦੂਜੀ ਗੱਲ ਕਹਿੰਦਾ ਵੀ ਫਿਲਮਾਂ 'ਚ ਆ ਜਾ, ਅਤੇ ਗੱਲ ਇਹਦੀ ਵਧੀਆ ਲੱਗੀ ਆ। ਅਤੇ ਮੈਂ ਸਾਰੇ ਪ੍ਰੋਡਿਊਸਰ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਹੁਣ ਸਾਨੂੰ ਦੋਨਾਂ ਨੂੰ ਇੱਕੇ ਪਲੇਟਫਾਰਮ 'ਤੇ ਸਾਨੂੰ ਖੜ੍ਹਾ ਕਰ ਦਿਓ, ਅਤੇ ਸਾਨੂੰ ਫਿਲਮਾਂ 'ਚ ਕੰਮ ਦਿਓ। ਬਿਲਕੁਲ ਦਿਓ। ਕੰਗਣਾ ਦੇ ਚਪੇੜ ਪਈ, ਪੂਰਾ ਮੁਲਕ ਇਕੱਠਾ ਹੋਇਆ ਫਿਰਦਾ ਵਾ ਉਹ ਕੁੜੀ ਦੇ ਨਾਲ। ਅਸੀਂ ਵੀ 13-14 ਸਾਲਾਂ ਦੀ ਜ਼ਿੰਦਗੀ ਦੇ ਲੋਕ ਮੁੱਦਿਆਂ 'ਤੇ ਵਾਸਤੇ ਚੱਕਦੇ ਆ, ਹੁਣ ਫਿਲਮ ਵਾਲਿਆਂ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਸਾਡੀ ਗਲਤੀ ਗੁਲਤੀਆਂ ਮਾਫ਼ ਕਰਕੇ ਸਾਨੂੰ ਫਿਲਮਾਂ ਦੇ ਵਿੱਚ ਲਿਆ ਜਾਣ। ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਹਨੇ ਨਹੀਂ ਪਾਈਆਂ ਉਹਨਾਂ ਦੇ ਵੀ, ਜਿਹਨੇ ਪਾਈਆਂ ਉਹਨਾਂ ਦੇ ਵੀ, ਕਿਉਂਕਿ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ। ਵੋਟਰ ਕਦੀ ਮਾੜਾ ਨਹੀਂ ਹੁੰਦਾ, ਉਹਨੂੰ ਲਾਲਚ ਦਿੱਤਾ ਜਾਂਦਾ, ਪਹਿ ਭੜਕਾਇਆ ਜਾਂਦਾ, ਪਹਿਕਾਇਆ ਜਾਂਦਾ, ਫਿਰ ਉਹ ਵੋਟ ਗਲਤ ਜਗ੍ਹਾ ਪਾਉਂਦਾ। ਅਗਲੀ ਵਾਰ ਨੈਕਸਟ ਟਾਈਮ ਫਿਰ ਭਾਅ ਜੀ ਨੇ ਖੜ੍ਹੇ ਹੋਣਾ, ਤੁਸੀਂ ਸਾਰੇ ਸਪੋਰਟ ਕਰਿਓ। ਤਦ ਤੱਕ ਸਾਨੂੰ ਫਿਲਮਾਂ ਦੀ ਲਾਈਨ ਦੇ ਵਿੱਚ ਦੇਖਿਓ ਭਾਅ ਜੀ, ਦੱਸੋ ਤੁਸੀਂ। ਅੱਜ ਨੀਟੂ ਸ਼ਟਰ ਵਾਲਾ ਮੇਰਾ ਵੀਰ ਇੱਕ ਰੱਬ ਰੂਪੀ ਬੰਦਾ ਵਾ, ਅਤੇ ਇੱਕ ਮੈਨੂੰ ਹੌਸਲਾ ਦੇਣ ਆਇਆ ਵਾ, ਅਤੇ ਦੂਜੀ ਗੱਲ ਕਹਿੰਦਾ ਵੀ ਫਿਲਮਾਂ 'ਚ ਆ ਜਾ, ਅਤੇ ਗੱਲ ਇਹਦੀ ਵਧੀਆ ਲੱਗੀ ਆ। ਅਤੇ ਮੈਂ ਸਾਰੇ ਪ੍ਰੋਡਿਊਸਰ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਹੁਣ ਸਾਨੂੰ ਦੋਨਾਂ ਨੂੰ ਇੱਕੇ ਪਲੇਟਫਾਰਮ 'ਤੇ ਸਾਨੂੰ ਖੜ੍ਹਾ ਕਰ ਦਿਓ, ਅਤੇ ਸਾਨੂੰ ਫਿਲਮਾਂ 'ਚ ਕੰਮ ਦਿਓ। ਬਿਲਕੁਲ ਦਿਓ। ਕੰਗਣਾ ਦੇ ਚਪੇੜ ਪਈ, ਪੂਰਾ ਮੁਲਕ ਇਕੱਠਾ ਹੋਇਆ ਫਿਰਦਾ ਵਾ ਉਹ ਕੁੜੀ ਦੇ ਨਾਲ। ਅਸੀਂ ਵੀ 13-14 ਸਾਲਾਂ ਦੀ ਜ਼ਿੰਦਗੀ ਦੇ ਲੋਕ ਮੁੱਦਿਆਂ 'ਤੇ ਵਾਸਤੇ ਚੱਕਦੇ ਆ, ਹੁਣ ਫਿਲਮ ਵਾਲਿਆਂ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਸਾਡੀ ਗਲਤੀ ਗੁਲਤੀਆਂ ਮਾਫ਼ ਕਰਕੇ ਸਾਨੂੰ ਫਿਲਮਾਂ ਦੇ ਵਿੱਚ ਲਿਆ ਜਾਣ।